ਫਿਰੋਜ਼ਪੁਰ ਦੇ ਪਿੰਡ ਰੁਹੇਲਾ ਹਾਜ਼ੀ ਵਿੱਚ ਇੱਕ ਦੁਕਾਨਦਾਰ ਨੇ ਇਲਜ਼ਾਮ ਲਾਇਆ ਕਿ ਕੁਝ ਵਿਅਕਤੀਆਂ ਨੇ ਉਸਦੀ ਦੁਕਾਨ ਉੱਤੇ ਹਮਲਾ ਕਰ ਦਿੱਤਾ ਅਤੇ ਉਸ ਉੱਪਰ ਗੋਲੀ ਵੀ ਚਲਾਈ ਗਈ ਜਿਸ ਕਰਕੇ ਉਸਨੇ ਭੱਜ ਕੇ ਆਪਣੀ ਜਾਨ ਬਚਾਈ ਹੈ। ਰੁਹੇਲਾ ਹਾਜ਼ੀ ਵਿੱਚ ਸਪੇਅਰ ਪਾਰਟਸ ਦੀ ਦੁਕਾਨ ਕਰਨ ਵਾਲੇ ਮਲਕੀਤ ਸਿੰਘ ਦੇ ਮੁਤਾਬਕ ਪੁਰਾਣੀ ਰੰਜਿਸ਼ ਕਰਕੇ ਉਸ 'ਤੇ ਕੁਝ ਵਿਅਕਤੀਆਂ ਨੇ ਹਮਲਾ ਕੀਤਾ ਸੀ ਅਤੇ ਉਸ ਉੱਪਰ ਗੋਲੀ ਵੀ ਕੀਤੀ ਚਲਾਈ ਗਈ। ਘਟਨਾ ਦੀ ਸਮੀਖਿਆ ਕਰਨ ਦੇ ਲਈ ਥਾਣਾ ਪ੍ਰਮੁੱਖ ਨੇ ਮੌਕੇ 'ਤੇ ਜਾ ਕੇ ਇਸ ਪੂਰੇ ਮਾਮਲੇ ਦੀ ਜਾਂਚ ਕਰਾਉਣ ਦਾ ਭਰੋਸਾ ਦਿੱਤਾ। ਪੁਲਿਸ ਵਿੱਚ ਦਰਜ ਕਰਾਈ ਸ਼ਿਕਾਇਤ ਵਿੱਚ ਮਲਕੀਤ ਸਿੰਘ ਨੇ 5 ਮੁਲਜ਼ਮਾਂ ਦੀ ਪਹਿਚਾਣ ਕਰਕੇ ਪੁਰਾਣੀ ਰੰਜਿਸ਼ ਹੋਣ ਦੀ ਗੱਲ ਕੀਤੀ ਹੈ। ਮਲਕੀਤ ਸਿੰਘ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਉਸਦਾ ਇੱਕ ਵਿਅਕਤੀ ਦੇ ਨਾਲ ਝਗੜਾ ਹੋਇਆ ਸੀ ਜਿਸ ਨਾਲ ਰਾਜ਼ੀਨਾਮਾ ਵੀ ਹੋ ਗਿਆ ਸੀ ਅਤੇ ਅੱਜ ਫਿਰ ਉਕਤ ਹਮਲਾਵਰਾਂ ਨੇ ਉਸਦੀ ਦੁਕਾਨ 'ਤੇ ਹਮਲਾ ਕੀਤਾ। ਉਸਨੇ ਦੋਸ਼ ਲਾਇਆ ਕਿ ਇਹ ਸਾਰੇ ਹਮਲਾਵਰਾਂ ਦੇ ਕੋਲ ਰਿਵਾਲਵਰ ਸੀ ਜਦਕਿ 2 ਦੇ ਕੋਲ ਬੇਸਬਾਲ ਅਤੇ ਤੇਜ਼ ਤਾਰ ਹਥਿਆਰ ਸਨ। ਉੱਧਰ ਪੁਲਿਸ ਦਾ ਕਹਿਣਾ ਹੈ ਕਿ ਫਾਇਰਿੰਗ ਹੋਣ ਦੀ ਹਾਲੇ ਤੱਕ ਪੁਸ਼ਟੀ ਨਹੀਂ ਹੋਈ ਹੈ ਅਤੇ ਇਸ ਮਾਮਲੇ ਦੇ ਹਰ ਪਹਿਲੂ ਨੂੰ ਖੰਗਾਲਿਆ ਜਾ ਰਿਹਾ। ਜੋ ਕਿ ਮੈਂ ਪਿੰਡ ਰੇਲਾ ਜੀ ਦੇ ਵਿੱਚ ਸਪੇਅਰ ਪਾਰਟ ਦਾ ਕੰਮ ਕਰਦਾ ਹਾਂ ਅਤੇ ਕੁਛ ਲੜਕੇ ਆਏ ਵਰਨਾ ਗੱਡੀ ਦੇ ਵਿੱਚ, ਗੱਡੀ ਦਾ ਨੰਬਰ PV04-4699 ਹੈ, ਵਾਈਟ ਰੰਗ ਦੀ ਗੱਡੀ ਹੈ ਅਤੇ ਯੱਕਦਮ ਆਏ ਨਾ ਪਿਸਤੌਲ ਲੈਂਦੇ ਪਿਸਟਲ ਲੈਂਦੇ ਉਹਨਾਂ ਮਿਲੇ ਅਤੇ ਹਮਲਾ ਕਰ ਦਿੱਤਾ ਜਾਨਲੇਵਾ। ਮੇਰੀ ਦੁਕਾਨ ਦੀ ਭੰਨ ਤੋੜ ਕਰ ਦਿੱਤੀ ਉਹਨਾਂ ਅਤੇ ਕੈਸ਼ 15,000 ਰੁਪਇਆ ਕੈਸ਼ ਸੀਗਾ ਜੀ, ਉਹ ਕੱਢ ਕੇ ਲੈ ਗਏ ਜੀ ਅਤੇ ਮੈਂ ਮੰਗ ਕਰਦਾ ਹਾਂ ਕਿ ਮੈਨੂੰ ਇਨਸਾਫ ਦਵਾਇਆ ਜਾਵੇ। ਪੁਲਿਸ ਨੇ ਕੋਈ ਆ ਕੇ ਇਸ ਦੀ ਦੇਖਭਾਲ ਕੀਤੀ? ਪੁਲਿਸ ਨੇ ਦੇਖਭਾਲ ਆ ਕੇ ਉਧਰ ਕੀਤੀ ਹੈ ਜੀ ਅਤੇ ਉਸ ਤੋਂ ਬਾਅਦ ਕੋਈ ਕਾਰਵਾਈ ਨਹੀਂ ਕੀਤੀ। ਤੁਸੀਂ ਕੀ ਮੰਗ ਕਰਦੇ? ਅਸੀਂ ਮੰਗ ਕਰਦੇ ਹਾਂ ਸਾਨੂੰ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ ਉਹਨਾਂ ਦੀ। ਰੇਲਾ ਜੀ ਪਿੰਡ ਆ ਥਾਣੇ ਮੰਗੋਰ 'ਚ, ਉੱਥੇ ਮਲਕੀਤ ਸਿੰਘ ਨਾਂ ਦੇ ਬੰਦੇ ਦੀ ਸਪੇਅਰ ਪਾਰਟ ਦੀ ਦੁਕਾਨ ਆ। ਉਹਦੀ ਦੁਕਾਨ 'ਤੇ ਸਮਰੀ ਨਾਂ ਦਾ ਮੁੰਡਾ ਉਹਦੇ ਨਾਲ 3-4 ਹੋਰ ਸੀ ਕਾਰ 'ਤੇ ਆਏ ਆ। ਉਹਦੇ ਦੱਸਣ ਮੁਤਾਬਕ ਵੀ ਉਹ ਮੇਰੀ ਦੁਕਾਨ 'ਚ ਵੜ ਗਏ ਅਤੇ ਮੈਂ ਦੁਕਾਨ 'ਚੋਂ ਨਿਕਲ ਕੇ ਭੱਜ ਗਿਆ। ਉਹਨਾਂ ਨੇ ਮੇਰੀ ਦੁਕਾਨ ਦੀ ਭੰਨ ਤੋੜ ਸ਼ੀਸ਼ੇ ਤੋੜੇ। ਕੱਲ੍ਹ ਸ਼ਾਮੀ ਇਤਲਾਹ ਮਿਲ 'ਤੇ ਸਾਡਾ AC ਜੋਗਿੰਦਰ ਸਿੰਘ ਮੌਕੇ 'ਤੇ ਗਿਆ ਸੀਗਾ। ਭੰਨ ਤੋੜ ਤਾਂ ਜ਼ਰੂਰ ਹੋਈ ਉਹਦੀ ਦੁਕਾਨ ਦੀ, ਇਹਨਾਂ ਦਾ ਪਹਿਲਾਂ ਕੋਈ ਪੁਰਾਣੀ ਰੰਜਿਸ਼ ਸੀ। 4-5 ਮਹੀਨੇ ਪਹਿਲਾਂ ਵੀ ਇਹਨਾਂ ਦੋਵਾਂ ਧਿਰਾਂ ਦੀ ਕਿਸੇ ਇਸ਼ਕ ਬਾਜੀ ਤੋਂ ਆਸ ਵਿੱਚ ਹੋਈ ਸੀ ਲੜਾਈ, ਬਟ ਇਹਨਾਂ ਦਾ ਰਾਜੀਨਾਮਾ ਹੋ ਗਿਆ ਸੀ। ਬਟ ਇੱਕ ਦੂਜੇ ਦੇ ਪ੍ਰਤੀ ਇਹ ਹਾਲੀ ਵੀ ਰੰਜ ਰੱਖਦੇ ਸੀ। ਬਾਕੀ ਅੱਜ ਇਸ 'ਚੋਂ ਸਾਡਾ ਕੁਛ ਮਸ਼ਹੂਰ ਰਹਿਣ ਕਾਰਨ ਹੁਣ ਮੌਕੇ 'ਤੇ ਦੁਬਾਰਾ ਗਿਆ ਆ। ਉਹਦੀ ਜੋ ਕੀ ਅਸਲੀਅਤ ਹੈ ਉਸ ਮੁਤਾਬਕ ਹਾਲੀ ਉਹ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਇਹਨੇ ਮਲਕੀਤ ਸਿੰਘ ਨੇ ਇੱਕ ਦਰਖਾਸਤ ਦਿੱਤੀ ਸੀ ਇਸ ਸੰਬੰਧ ਵਿੱਚ, ਉਹਦੀ ਪੜਤਾਲ ਜਿਹੜੀ ਚੱਲ ਰਹੀ ਹੈ, ਪੜਤਾਲ ਹੋ ਕੇ ਜੋ ਬਣਦੀ ਕਾਰਵਾਈ ਉਹ ਕੀਤੀ ਜਾਵੇ। ਉੱਧਰ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਨੈਸ਼ਨਲ ਕੌਂਸਲ ਦੀ ਮੀਟਿੰਗ ਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਇਹ ਕਿਹਾ ਕਿ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹਰ ਫਰੰਟ 'ਤੇ ਫੇਲ ਰਹੀ ਹੈ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਸਰਕਾਰ ਦੇ ਨਾਲ ਵੀ ਕੇਂਦਰ ਦੀ ਭਾਜਪਾ ਸਰਕਾਰ ਸਹਿਯੋਗ ਨਹੀਂ ਕਰ ਰਹੀ ਹੈ। ਇਸ ਦੇਸ਼ ਨੇ ਦੋ ਸਰਕਾਰੋਂ ਕੋ ਬੜਾ ਭਾਰੀ ਬਹੁਮਤ ਦਿਆ ਥਾ। ਇੱਕ ਕੇਂਦਰ ਕੀ ਭਾਜਪਾ ਸਰਕਾਰ ਜਿਸ ਕੋ 2014 ਮੈਂ ਖੂਬ ਜਮ ਕੇ ਜਨਤਾ ਨੇ ਦਿਲ ਖੋਲ ਕੇ ਬਹੁਮਤ ਦਿਆ ਥਾ, ਇਸਸੇ ਜ਼ਿਆਦਾ ਦੇ ਨਹੀਂ ਸਕਤੇ ਥੇ। ਔਰ 2015 ਫਰਵਰੀ ਮੈਂ ਆਮ ਆਦਮੀ ਪਾਰਟੀ ਕੀ ਦਿੱਲੀ ਸਰਕਾਰ ਕੋ ਖੂਬ ਜਮ ਕੇ ਬਹੁਮਤ ਦਿਆ ਥਾ, ਇਸਸੇ ਜ਼ਿਆਦਾ ਦੇ ਨਹੀਂ ਸਕਤੇ ਥੇ। ਤੋ ਜਨਤਾ ਨੇ ਤੋ ਆਪਣਾ ਕਾਮ ਕਰ ਦਿਆ ਥਾ ਔਰ ਜਨਤਾ ਕੀ ਉਮੀਦ ਥੀ ਕਿ ਅਬ ਇਹ ਦੋਨੋਂ ਸਰਕਾਰੇ ਕਿ ਭਾਜਪਾ ਕੀ ਕੇਂਦਰ ਸਰਕਾਰ ਦੇਸ਼ ਮੈਂ ਕੁਛ ਕਰਕੇ ਦਿਖਾਏਗੀ ਔਰ ਦਿੱਲੀ ਕੀ ਆਮ ਆਦਮੀ ਪਾਰਟੀ ਕੀ ਸਰਕਾਰ ਦਿੱਲੀ ਮੈਂ ਕੁਛ ਕਰਕੇ ਦਿਖਾਏਗੀ, ਬੜੀ ਉਮੀਦ ਥੀ ਲੋਕੋਂ ਕੋ। ਔਰ ਅੱਜ 2.5 ਸੇ 3 ਸਾਲ ਕੇ ਬਾਅਦ ਉਨਕੋ 3 ਸਾਲ ਹੋ ਗਏ, ਆਪਣੇ ਕੋ 2.5-3 ਸਾਲ ਹੋ ਗਏ, ਉਨਕੇ 3 ਸਾਲ ਕੇ ਬਾਅਦ ਅਗਰ ਕੋਈ ਵੀ ਖੇਤਰ ਉਠਾ ਲਓ, ਹਰ ਖੇਤਰ ਕੇ ਅੰਦਰ ਕੇਂਦਰ ਕੀ ਭਾਜਪਾ ਸਰਕਾਰ ਫੇਲ ਰਹੀ ਹੈ। ਆਜ ਮਤਲਬ ਬਹੁਤ ਚੈਰੀਟੇਬਲ ਅਗਰ ਕਹਾ ਜਾਏ ਤੋ ਲੋਕ ਡਿਸਅਪੋਇੰਟਡ ਹੈ ਔਰ ਜੋ ਲੋਕ ਉਨਕੇ ਕ੍ਰਿਟਿਕ ਹੈ ਵੋ ਕਹਤੇ ਹੈ ਕਿ ਬਹੁਤ ਗੁੱਸੇ ਮੈਂ ਹੈ ਲੋਕ ਉਨਕੇ ਖਿਲਾਫ। ਆਜ ਉਨਸੇ ਕਿਸਾਨ ਦੁਖੀ ਹੈ, ਆਜ ਉਨਸੇ ਯੁਵਾ ਦੁਖੀ ਹੈ, ਮਾਈਨੋਰਿਟੀਜ਼ ਦੁਖੀ ਹੈ, ਦਲਿਤ ਦੁਖੀ ਹੈ, ਵਪਾਰੀ ਦੁਖੀ ਹੈ, ਗ੍ਰਹਿਣੀ ਦੁਖੀ ਹੈ, ਹਰ ਆਦਮੀ ਦੁਖੀ ਹੈ ਉਨ ਲੋਕੋਂ ਸੇ। ਉੱਧਰ ਦਿੱਲੀ ਵਿੱਚ ਕਾਂਗਰਸ ਵੱਲੋਂ ਇੱਕ ਪੱਤਰਕਾਰ ਸੰਮੇਲਨ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਕਾਂਗਰਸ ਦੇ ਕੌਮੀ ਬੁਲਾਰੇ ਰਤਨਪ੍ਰੀਤ ਸਿੰਘ ਵੱਲੋਂ ਨਰਿੰਦਰ ਮੋਦੀ ਦੀ ਸਰਕਾਰ ਨੂੰ ਨਾਕਾਮ ਕਰਾਰ ਦਿੱਤਾ ਗਿਆ। ਇਸ ਮੌਕੇ 'ਤੇ ਉਹਨਾਂ ਦਹਿਸ਼ਤਗਰਦੀ ਦਾ ਮੁੱਦਾ ਵੀ ਚੱਕਿਆ ਅਤੇ ਉਹਨਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਲਾਅ ਐਂਡ ਆਰਡਰ ਮੇਨਟੇਨ ਰੱਖਣ ਦੇ ਵਿੱਚ ਵੀ ਅਸਫਲ ਸਾਬਤ ਹੋ ਰਹੀ ਹੈ। ਜਬ ਜਬ ਇਹ ਭਾਰਤੀ ਜਨਤਾ ਪਾਰਟੀ ਸੱਤਾ ਮੇ ਰਹੀ ਹੈ,
तब हमने देखा है कि आंतरिक सुरक्षा में इन्होंने किस तरह आतंकवादियों से और आतंकवाद के साथ समझौता करने का काम हमेशा किया है। इन 3.5 सालों में हमने देखा कि किस तरह जम्मू कश्मीर में मिलिट्री एस्टैब्लिशमेंट्स पर हमले हुए, सैकड़ों हमारे जवान शहीद हुए हैं, सैकड़ों हमारे सिविलियंस मारे गए हैं, परंतु इंटरनेशनल फोरम पर आईएसआई तक की जांच के लिए सरकार ने मौका पाकिस्तान को दिया था। जब पठानकोट का की दर्दनाक घटना हुई थी तो आईएसआई, जिसने हमेशा इस देश पर हमले किए हैं और हमले करवाए हैं, वैसे एजेंसीज तक से इस सरकार ने इजाजत देकर हमारे धरती पर जांच के लिए उनको बुलाया था। तरन तारण के एक्सिस बैंक विच लुट की घटना हुई है, जिस विच 6 लाख रुपए और 10,000 की लुट की गई है। ये पूरी घटना सीसीटीवी कैमरे विच भी कैद हुई है। दसिया जा रहा है कि मोटरसाइकिल ते सवार कुछ लोगों ने इस वारदात नूं अंजाम दिता है। इस घटना तो बाद इलाके विच दहशत का माहौल है। 3 मोटरसाइकिल सवारों ने इस घटना अंजाम दिता है। ये सारी घटना सीसीटीवी विच कैद है। पुलिस के वड्डे अधिकारी मौके पर पहुँचे, पर लुटेरिया ने बैंक के गनमैन नूं गन पॉइंट ते लै के लुट की अते दिन दिहाड़े बैंक विच फायर करके इस पूरी वारदात नूं अंजाम दे के चले गए। उधर पुलिस अधिकारियों का कहना है कि वह बहुत जल्द दोषियों नूं गिरफ्तार करनगे। सर 3 लटेरे आए बार मोटरसाइकिल तो धरना आया, तो मैंने शक पाया मूँह बदे इन्होंने, तो 12 बोर दी को 12 बोर से एक वाडा वेख्या मैं बैठ दिया उन्होंने, तो मैं बूह धक्या वा अपने लोग आंदा, तो उन्होंने आ बूहे मारिया फिलहाल फायर करता। मैं पछाण भजा दे पिछे मेरे भज गया, मेरे पिछे फायर किया ना, तो मैं शहर से आड़ते हो गया। बाद च कही यार कैश रुक पे कैश रुके लगते आके मैं इतने रोक लिया उन्होंने, फिर निकल दिता। अज करीब 12:15 बजे इस पिंड एक्सिस बैंक का ब्रांच है, जिते 3 अनकार पोश जोड़े है आए, उन्होंने बैंक का शीशा तोड़ के अंदर एंटर हो गए। 3 दोनों को हथियार से, एक रिवॉल्वर से, एक दनाली बंदूक से। आके उन्होंने पहला बैंक का शीशा तोड़िया, तो गार्ड उत्थों भज लिया, जिसको कोई वैपन नहीं सी, खाली हाथ से समझे। आगे 6 लाख रुपया गन पॉइंट के उत्ते 6,04,000 रुपया लुट के लिया। कोई नहीं, असं वो फुटेज वगैरह देख रहे हैं, चेक कर रहे हैं, ठीक है तो फड़ लेंगे जल्दी कोई गल। तो हुण गल मानसा दी करदे आं, जिथे एक विद्यार्थन वालों इल्जाम लाया गया है कि एक गुरुद्वारा साहब के प्रधान वालों उसनू अपमानित किया गया, उसनू जलील किया गया, क्योंकि वो गुरुद्वारा साहब के लंगर विचों अपनी बीमार माँ के लिए दाल घर लैके जा रही सी। इस गल तो गुस्से विच आई इस लड़की ने कथित तौर पर जहर खा के जान देने की कोशिश भी की है। मानसा के पिंड फफड़े भाईके विच एक घटना वापरी है। सिविल हस्पताल मानसा के डॉक्टर ने समा रहिंदिया इलाज करके इस लड़की का जानी नुकसान होने तो बचा लिया। थाना भीखी की पुलिस ने कमेटी के प्रधान से वख-वख धाराओं तहत मामला दर्ज करके कार्रवाई शुरू कर दी है। उधर दलित लोगों की अगवाई करने वाले मजदूर मुक्ति मोर्चा ने भी दलित लड़की नाल वापरी इस घटना से दुख प्रगट किया। सूबा प्रधान भगवंत सिंह ने जथेदार श्री अकाल तख्त साहब तो मांग की है
कि गुरद्वारा साहब की कमेटी के अजिहे प्रधान खिलाफ सख्त कार्रवाई की जाए। थाना भीखी पुलिस ने पीड़ित लड़की के बयान दर्ज कर ले ने। मुख अफसर परमजीत सिंह के मुताबक प्रधान अवतार सिंह के खिलाफ वक् वक् धाराओं के तहत मामला दर्ज करके जांच शुरू कर दी गई है। तो असं लंगर चवा गए, उत्थे लंगर च जाके चाह भी पीती से असी, तो उत्थे दाल होर भी पाई जाते बहुत जने, मैं भी पाली, मसल बेस्ती होगी तो पा लिया। तीन मूहरे प्रधान बैठे से कहते इसी महा दाल कहते कहते कितों पुछ के पाई हैगी, महा आप ही पाई हैगी। तो कहते फिर कहते चल वग जा, अगे तो ना लगे आई, तो कहते मुड़ के पा गया दाल, तो उद मुड़ के लंगर च बड़ी हिसाब ला ली। तो उस बाद मैं लंगर च वग गई पा दाल, दाल पा के बस मैं सीधी घर आ गई। उन्होंने एक होर सैकटरी से सोहना सिंह, तो उस बाद मैं घर आके बस गोली खा ली। मिति 30 तरीक न पिंड फाफड़े के जोड़ा इतिहासक गुरद्वारा भाई वेलो गुरद्वारा उसकी लोकल प्रबंधक कमेटी के गुरद्वारे की प्रधान ने वलों ये लड़की ने लंगर के अपने घर वास्ते दाल लियानी जो चाही, तो उस प्रधान ने इस लड़की तो दाल भी सुटिया ली, तो इनू गंदियां गालां दे के जलील भी किया कट्ठ दे विच। मतलब इन्हें जो आपकी बेइज्जती होंदी देखी, नमोशी ना सहारती हुई, इन्हें घर के जाके कोई मतलब कि जहरीली मतलब कि चीज़ निगल ली, जिदे कारण इहदी हालत बिगड़ गई। परिवार वाले नू पता लग्या तां इन्हां ने तुरंत मानसा हस्पताल दे विच दाखल करवा दिता गया। डाक्टरां दी पहलकदमी दे उत्ते मतलब लड़की की जान बचा ली गई है। तो मैं मतलब तख्त दमदमा साहब के जथेदार नू बेनती करूँगा, श्रोमणी कमेटी के प्रधान नू बेनती करूँगा कि जिहड़ा लोकल गुरुद्वारा प्रबंधक कमेटी का प्रधान है इहनू प्रधानगी तो बरखास्त किया जाए। जे इहनू प्रधानगी तो बरखास्त ना किया तो असीं मजदूर मुक्ति मोर्चे वालों ਇਹਦੇ ਖਿਲਾਫ ਅੰਦੋਲਨ ਵਿੱਢਾਂਗੇ ਤੇ ਲੜਕੀ ਨੂੰ ਇਨਸਾਫ ਦਵਾ ਕੇ ਹਟਾਂਗੇ। ਉਹ ਰਣਜੀਤ ਕੌਰ ਲੜਕੀ ਪਿੰਡ ਫਾਫੜੇ ਤੋਂ ਮਾਈਨਰ ਲੜਕੀ ਸੀਗੀ, ਉਹ ਗੁਰਦੁਆਰਾ ਸਾਹਿਬ ਗਈ ਸੀ ਭਾਈ ਪਹਿਲੋਂ ਜੀ ਦੇ 10ਵੀਂ ਦੇ ਪ੍ਰੋਗਰਾਮ ਦੇ ਉੱਤੇ। ਉੱਥੋਂ ਉਹਨਾਂ ਨੇ ਕੋਈ ਲੰਗਰ ਦੇ ਵਿੱਚੋਂ ਕੋਈ ਦਾਲ ਆਪਣੇ ਲਿਫਾਫੇ 'ਚ ਪਾ ਕੇ ਘਰ ਲਿਆਂਦੀ ਸੀ। ਪ੍ਰਧਾਨ ਨੇ ਉਹਨਾਂ ਨੂੰ ਅੱਗੋਂ ਰੋਕਿਆ, ਇਸ ਗੱਲ ਨੂੰ ਲੈ ਕੇ ਉਹਨਾਂ ਦਾ ਕੋਈ ਝਗੜਾ ਹੋਇਆ। ਉਹਨਾਂ ਨੇ ਆ ਕੇ ਦਾਖਲ ਹੋਈ ਸੀ ਸਿਵਲ ਹਸਪਤਾਲ ਮਾਨਸਾ, ਉੱਥੇ ਉਹਨਾਂ ਨੇ ਡਾਕਟਰ ਕਿਹਾ ਵੀ ਇਹ ਜ਼ਹਿਰ ਪੀ ਲਈ, ਉਸ ਤੋਂ ਤੰਗ ਆ ਕੇ ਪ੍ਰਧਾਨ ਤੋਂ, ਅਤੇ ਉਹਨੇ ਕੁੱਟਮਾਰ ਕੀਤੀ ਇਹਦੀ ਲੜਕੀ ਦੀ, ਅਤੇ ਜਾਤੀ ਦੇ ਖਿਲਾਫ ਸੂਚਕ ਸ਼ਬਦ ਕਹੇ। ਅਸੀਂ ਉਹਦਾ ਬਿਆਨ ਲਿਖ ਕੇ ਅਨੁਸੂਚਿਤ ਜਾਤੀ ਐਕਟ ਦੇ ਤਹਿਤ ਕੇਸ ਰਜਿਸਟਰ ਕੀਤਾ ਗਿਆ। ਉੱਧਰ ਸੰਗਰੂਰ ਦੇ ਵਿੱਚ ਕੁਝ ਕਿਸਾਨ ਦੂਸਰਿਆਂ ਲਈ ਵੀ ਚਾਨਣ ਮੁਨਾਰੇ ਦੇ ਤੌਰ 'ਤੇ ਕੰਮ ਕਰ ਰਹੇ ਨੇ। ਕੁਝ ਕਿਸਾਨਾਂ ਨੇ ਆਪਣੀ ਪਰਾਲੀ ਪਲਾਂਟ ਵਿੱਚ ਵੇਚੀ ਹੈ ਅਤੇ ਪਰਾਲੀ ਵੇਚ ਕੇ ਉਹਨਾਂ ਪੈਸੇ ਵੀ ਕਮਾਏ ਨੇ ਅਤੇ ਦੂਸਰੇ ਕਿਸਾਨਾਂ ਨੂੰ ਇਸ ਦੀ ਪ੍ਰੇਰਣਾ ਦਿੱਤੀ ਹੈ। ਇੰਦਰਪਾਲ ਸਿੰਘ ਗੋਲਡੀ ਨੇ ਦੱਸਿਆ ਕਿ ਉਹ ਪਿਛਲੇ ਸਾਲ ਤੋਂ ਇਹ ਤਕਨੀਕ ਅਪਣਾ ਰਹੇ ਨੇ। ਇਸ ਤਕਨੀਕ ਦੇ ਨਾਲ ਉਹ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਾ ਰਹੇ। ਉਹਨਾਂ ਕਿਹਾ ਕਿ ਥੋੜ੍ਹਾ ਸਮਾਂ ਜ਼ਰੂਰ ਲੱਗਦਾ ਅਤੇ ਥੋੜ੍ਹਾ ਮਹਿੰਗਾ ਵੀ ਪੈਂਦਾ, ਪਰ ਇਸ ਨਾਲ ਪ੍ਰਦੂਸ਼ਣ ਨਹੀਂ ਹੁੰਦਾ ਅਤੇ ਇਸ ਦੇ ਨਾਲ ਮਿੱਤਰ ਕੀੜੇ ਵੀ ਖਤਮ ਨਹੀਂ ਹੁੰਦੇ, ਫਸਲ ਦਾ ਝਾੜ ਵੀ ਚੰਗਾ ਮਿਲਦਾ। ਉਹਨਾਂ ਕਿਹਾ ਕਿ ਜੇ ਸਰਕਾਰ ਕਿਸਾਨਾਂ ਦੀ ਪਰਾਲੀ ਨੂੰ ਸੰਭਾਲਣ ਵਿੱਚ ਆਰਥਿਕ ਸਹਾਇਤਾ ਕਰਨ ਤਾਂ ਕਿਸਾਨ ਇਸ ਤਕਨੀਕ ਨੂੰ ਅਪਣਾ ਸਕਦੇ ਨੇ ਅਤੇ ਇਸ ਨਾਲ ਕਿਸਾਨ ਆਰਥਿਕ ਤੌਰ 'ਤੇ ਮੰਦੇ 'ਚੋਂ ਬਾਹਰ ਵੀ ਆ ਸਕਦੇ ਨੇ। ਹਾਂਜੀ, ਹਾਂ, ਮੈਂ ਕਿਸਾਨ ਇੰਦਰਪਾਲ ਸਿੰਘ ਪਿੰਡ ਘਹਿਰੂ ਤੋਂ। ਅਸੀਂ ਆਪਦੇ ਖੇਤ 'ਚ ਕਰਜ਼ੇ ਇਕੱਠੇ ਦੇ ਵਧਾ ਕੇ ਇਕੱਠੇ ਗੱਠਾਂ ਬਣਵਾ ਰਹੇ ਹਾਂ। ਪਿਛਲੇ ਸਾਲ ਵੀ ਕਰਾਇਆ ਸੀ, ਹੁਣ ਫੇਰ ਕਰਾ ਰਹੇ ਹਾਂ। ਜਦਕਿ ਇਹਦਾ ਪਿਛਲੇ ਸਾਲ ਵੀ ਨਿਕਾਲ ਦਾ ਕੋਈ ਫਰਕ ਨਹੀਂ ਪਿਆ, ਵਾਧੂ ਹੀ ਨਿਕਲਿਆ ਝਾੜ। ਇਸ ਵਾਰ ਵੀ ਅਸੀਂ ਇਹੀ ਕਰਾ ਰਹੇ ਹਾਂ, ਪਰ ਇੱਕ ਹੀ ਗੁਜ਼ਾਰਿਸ਼ ਆ ਸਾਨੂੰ ਸਰਕਾਰ ਤੋਂ ਵੀ ਸਰਕਾਰ ਸਾਨੂੰ ਵੱਧ ਤੋਂ ਵੱਧ ਇਹਦੇ ਲਈ ਸਹਾਇਤਾ ਦੇਵੇ, ਕਿਉਂਕਿ ਇਹ ਖਰਚੀਲਾ ਕੰਮ ਆ। ਠੀਕ ਆ ਜੀ, ਕਰਜ਼ੇ ਵੱਢਦੇ ਹਾਂ ਅਤੇ ਇਹਨਾਂ ਮਸ਼ੀਨਾਂ 'ਤੇ ਵੀ ਖਰਚ ਹੁੰਦਾ, ਸਾਡਾ ਵੀ ਹੁੰਦਾ ਵੇਚਦੇ ਟਾਈਮ। ਇਸ ਕਰਕੇ ਜੇ 100 ਰੁਪਇਆ ਬਿੱਘਾ ਦੇਵੇ ਇੱਕ ਸਰਕਾਰ, ਤਾਂ ਇਹ ਹਰੇਕ ਘਰ ਘਰ ਜਾ ਕੇ ਇਹ ਅਸੀਂ ਸਾਡੇ ਵਾਂਗੂ ਲੋਕ ਕੰਮ ਕਰਨ। ਅਸੀਂ ਮਸ਼ੀਨਾਂ ਲਈ ਦੋ ਜੀ, ਇੱਕ ਰੇਕਰ ਅਤੇ ਬੇਲਰ ਜੀ। ਜਿਹੜੀ ਕੰਬਾਈਨ ਦੇ ਕੱਟੇ ਤੋਂ ਬਾਅਦ ਪਹਿਲਾਂ ਕਟਰ ਕੀਤਾ ਜਾਂਦਾ ਜੀ, ਉਸ ਤੋਂ ਬਾਅਦ ਰੇਕ ਦੀ ਮਦਦ ਨਾਲ ਇਹਦੀਆਂ ਲਾਈਨਾਂ ਬਣਦੀਆਂ ਤਿੰਨ ਚਾਰ ਦਿਨਾਂ ਬਾਅਦ, ਅਤੇ ਉਸ ਤੋਂ ਬਾਅਦ ਦੂਸਰੇ ਦਿਨ ਮਤਲਬ ਕਿ ਬੇਲ ਮਾਸਟਰ ਦੇ ਨਾਲ ਬੇਲਾਂ ਬਣ ਜਾਂਦੇ ਨੇ, ਅਤੇ ਉਸ ਤੋਂ ਬਾਅਦ ਚੱਕੇ ਜਾਂਦੇ ਨੇ ਇਹਨੂੰ ਟਰਾਂਸਪੋਰਟ ਰਾਹੀਂ। ਸਾਡੇ ਏਕੜ 'ਤੇ ਤਕਰੀਬਨ 2000 ਰੁਪਇਆ ਖਰਚਾ ਜਾਂਦਾ ਜੀ। ਅਤੇ ਚੈਨਲ ਵਾਏ 'ਤੇ ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ। ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇ ਨਾਲ ਲਗਾਤਾਰ ਅਪਡੇਟ ਲੈ ਕੇ ਹਾਜ਼ਰ ਹੋਵਾਂਗੇ। ਫਿਲਹਾਲ ਸੁਰਿੰਦਰ ਡੱਲਾ ਨੂੰ ਦਿਓ ਇਜਾਜ਼ਤ, ਧੰਨਵਾਦ।